ਸਾਧ ਸੰਗਤ ਜੀ, ਹੁਣ ਦਸੰਬਰ ਦਾ ਮਹੀਨਾ ਚੱਲ ਪਿਆ ਹੈ। ਆਪ ਜੀ ਨੂੰ ਪਤਾ ਹੀ ਹੋਵੇਗਾ ਕਿ ਦਸੰਬਰ ਦੇ ਆਖਰੀ ਹਫ਼ਤੇ ਨੂੰ ਅਸੀਂ ਸ਼ਹਾਦਤਾਂ ਦਾ ਹਫ਼ਤਾ ਮੰਨ ਕੇ ਚੱਲਦੇ ਹਾਂ। ਕਿਸ ਤਰ੍ਹਾਂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਅਤੇ ਸੱਚਾਈ ਦੇ ਅਕੀਦੇ ਨੂੰ ਕਾਇਮ ਰੱਖਦਿਆਂ ਹੋਇਆਂ ਮੁਗਲ ਹਕੂਮਤ, ਜਾਵਰ ਹਕੂਮਤ ਦੇ ਨਾਲ ਟੱਕਰ ਲਈ ਅਤੇ ਉਹਨਾਂ ਨੂੰ ਆਪਣਾ ਘਰ, ਆਪਣਾ ਕਿਲਾ, ਆਪਣਾ ਪਰਿਵਾਰ ਛੱਡ ਕੇ ਘਰ ਦੇ ਵਿੱਚੋਂ ਨਿਕਲਣਾ ਪਿਆ। ਇਹ ਗੱਲ ਚੇਤੇ ਰੱਖਿਓ ਜੀ, ਜਿਨ੍ਹਾਂ ਦੇ ਟੀਚੇ ਉੱਚੇ ਹੁੰਦੇ ਆ ਨਾ, ਉਹ ਅਕਸਰ ਛੋਟੀਆਂ ਛੋਟੀਆਂ ਮੁਸ਼ਕਲਾਂ ਅਤੇ ਛੋਟੀਆਂ ਛੋਟੀਆਂ ਮੁਸੀਬਤਾਂ ਦੀ ਪਰਵਾਹ ਨਹੀਂ ਜੇ ਕਰਿਆ ਕਰਦੇ। ਅਤੇ ਮੈਂ ਇੱਕੋ ਗੱਲ ਅੱਜ ਕਰਾਂਗਾ ਕਿ ਵੱਡੇ ਫਰਜੰਦ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ, ਛੋਟੇ ਫਰਜੰਦਾਂ ਨੂੰ ਸਰਹੰਦ ਦੀਆਂ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਅੱਜ ਉਹਨਾਂ ਚਾਰ ਸਾਹਿਬਜ਼ਾਦਿਆਂ ਦੇ ਸ਼ਹਾਦਤਾਂ ਦੇ ਦਿਵਸ ਮਨਾਉਣ ਵਾਲੀ ਕੌਮੇ, ਅੱਜ ਉਹ ਚਾਰ ਸਾਹਿਬਜ਼ਾਦੇ ਸਾਨੂੰ ਸਵਾਲ ਕਰਦੇ ਨੇ, ਸਾਨੂੰ ਸੁਣਨਾ ਪੈਣਾ, ਸਾਨੂੰ ਮੰਨਣਾ ਪੈਣਾ। ਉਹ ਚਾਰ ਸਾਹਿਬਜ਼ਾਦੇ ਸਾਨੂੰ ਸਵਾਲ ਕੀ ਕਰਦੇ ਆ, ਉਹ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਸਵਾਲ ਕੀ ਕਰਦੀ ਹੈ। ਬਾਬਰ ਦੀ ਜੇਲ੍ਹ ਸੀ, ਪਰ ਬਾਬੇ ਨੇ ਆਪਣਾ ਅਸੂਲ ਨਹੀਂ ਛੱਡਿਆ ਸੱਚ ਦਾ। ਜਹਾਂਗੀਰ ਦੀ ਤੱਤੀ ਤਵੀ ਸੀ, ਸਾਡੇ ਬਜ਼ੁਰਗਾਂ ਨੇ ਸੱਚ ਦਾ ਅਕੀਦਾ ਨਹੀਂ ਛੱਡਿਆ। ਚਾਂਦਨੀ ਚੌਂਕ ਤੇ ਸਾਹਮਣੇ ਸਿਰ ਦੇ ਉੱਤੇ ਆਰਾ ਵੀ ਚੱਲਿਆ, ਸਰੀਰ ਦੇ ਉੱਤੇ ਰੂੰ ਬੰਨ ਕੇ ਸਾੜਿਆ ਵੀ ਗਿਆ, ਦੇਗੇ ਵਿੱਚ ਉਬਾਲਿਆ ਵੀ ਗਿਆ, ਸਾਡੇ ਪੁਰਖਿਆਂ ਨੇ, ਸਾਡੇ ਵੱਡਿਆਂ ਨੇ ਆਪਣਾ ਅਕੀਦਾ ਨਹੀਂ ਛੱਡਿਆ। ਸਾਡੇ ਬਾਪੂ ਨੇ ਆਪਣੇ ਪਿਤਾ ਦਾ ਕੇਵਲ ਸੀਸ ਦੇਖਿਆ ਪਰ ਅਕੀਦਾ ਨਾ ਛੱਡਿਆ। ਉਹ ਸਿੱਖਾ ਅੱਜ ਤਾਂ ਬਾਬਰ ਵੀ ਨਹੀਂ ਹੈਗਾ, ਉਹ ਸਿੱਖਾ ਅੱਜ ਤਾਂ ਜਹਾਂਗੀਰ ਵੀ ਨਹੀਂ ਹੈਗਾ, ਉਹ ਸਿੱਖਾ ਅੱਜ ਤੈਨੂੰ ਇੱਕ ਸਵਾਲ ਪੁੱਛਦਿਆਂ, ਔਰੰਗਜ਼ੇਬ ਦੇ ਹੁਕਮ ਦੇ ਨਾਲ ਵਜ਼ੀਰ ਖਾਨ ਸਾਨੂੰ ਅੱਜ ਮਾਰਨ ਚੱਲਿਆ ਏ, ਨਾ ਤਾਂ ਅੱਜ ਔਰੰਗਜ਼ੇਬ ਹੈ, ਨਾ ਵਜ਼ੀਰ ਖਾਨ ਹੈ, ਨਾ ਭਾਈ ਮਨੀ ਸਿੰਘ ਵਰਗਿਆਂ ਨੂੰ, ਸਵਾਗ ਸਿੰਘ ਵਰਗਿਆਂ ਨੂੰ, ਸਵੇਕ ਸਿੰਘ ਵਰਗਿਆਂ ਨੂੰ ਸ਼ਹੀਦ ਕਰਨ ਵਾਲੇ ਮੀਰ ਮਨੂ ਜ਼ਕਰੀਆ ਖਾਨ ਵੀ ਨਹੀਂ ਉਹ ਸਿੱਖਾ। ਅੱਜ ਤੂੰ ਆਪਣੀ ਸਿੱਖੀ ਦੇ ਉੱਤੋਂ ਕਿਉਂ ਮੁਨਕਰ ਹੋਇਆ, ਇਹ ਸਾਨੂੰ ਸੋਚਣਾ ਪੈਣਾ। ਭਗਤ ਕਬੀਰ ਜੀ ਕਹਿੰਦੇ ਨੇ, ਕਰਵੱਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹੇ ਵਾਹਿਗੁਰੂ ਹੇ ਸੱਚਿਆ ਪਾਤਸ਼ਾਹ, ਤੇਰੇ ਵੱਲ ਮੇਰੀ ਪਿੱਠ ਨਾ ਹੋ ਜੇ, ਤੇਥੋਂ ਮੈਂ ਮੁਨਕਰ ਨਾ ਹੋ ਜਾ, ਭਾਵੇਂ ਮੇਰੇ ਸਿਰ ਦੇ ਉੱਤੇ ਆਰਾ ਚੱਲ ਜੇ। ਬਾਬਾ ਫਰੀਦ ਜੀ ਕਿੰਨਾ ਸੋਹਣਾ ਬਚਨ ਕਹਿੰਦੇ ਨੇ, ਫਰੀਦ ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁੰਬਲਾਏ। ਉਹ ਸਿੱਖਾ ਅੱਜ ਉਹ ਚਾਰ ਸਾਹਿਬਜ਼ਾਦੇ ਤੈਨੂੰ ਸਵਾਲ ਕਰਦੇ ਨੇ, ਅੱਜ ਤਾਂ ਤੇਰੇ ਤੇ ਕੋਈ ਪਾਬੰਦੀ ਨਹੀਂ,
ਅੱਜ ਤੇਰੇ ਸਿਰ ਦੇ ਉੱਤੋਂ ਦਸਤਾਰ ਕਿਉਂ ਗੁੰਮ ਹੋ ਗਈ? ਅੱਜ ਤਾਂ ਤੇਰੇ ਸਿਰ ਦੇ ਉੱਤੇ ਕਿਸੇ ਜ਼ਾਲਮ ਦੀ ਤਲਵਾਰ ਨਹੀਂ ਨਾ ਲਟਕ ਰਹੀ, ਅੱਜ ਤੇਰੇ ਸਿਰ ਦੇ ਉੱਤੋਂ ਜੂੜਾ ਕਿਉਂ ਗੁੰਮ ਹੋ ਗਿਆ? ਅੱਗੇ ਤਾਂ ਹੁੰਦਾ ਸੀ ਕਿ ਜਿਹੜਾ ਬੰਦਾ ਘਰ ਵਿੱਚ ਬਾਣੀ ਪੜ੍ਹਦਾ ਸੀ, ਬਾਣੀ ਦੀ ਆਵਾਜ਼ ਕਿਸੇ ਮੁਗਲ ਦੇ ਕੰਨ 'ਚ ਪੈ ਜਾਂਦੀ ਸੀ ਅਤੇ ਉਹਨੂੰ ਫੜ ਕੇ ਕਤਲ ਕਰ ਦਿੱਤਾ ਜਾਂਦਾ ਸੀ। ਸਿੱਖਾ, ਅੱਜ ਤਾਂ ਕੁਝ ਐਸਾ ਤੇਰੇ ਨਾਲ ਨਹੀਂ ਵਾਪਰਦਾ, ਕਾਰਨ ਕੀ ਹੋਇਆ? ਤੂੰ ਸਾਡੇ ਸ਼ਹੀਦੀ ਦਿਹਾੜੇ ਮਨਾਉਣ ਵਾਲਿਆ, ਆਪਣੇ ਅੰਦਰ ਝਾਤ ਮਾਰ ਕੇ ਦੇਖ ਕਿ ਸਾਡੀ ਸ਼ਹਾਦਤ ਦੇ ਵਿੱਚੋਂ ਤੂੰ ਕੀ ਸਿੱਖਿਆ, ਕੀ ਪ੍ਰੇਰਣਾ ਲਈ? ਜਿਹੜੀ ਪ੍ਰੇਰਣਾ ਲੈ ਕੇ ਤੂੰ ਸਾਡੇ ਦੱਸੇ ਹੋਏ, ਸਾਡੇ ਬਣਾਏ ਹੋਏ ਮਾਰਗ ਦੇ ਉੱਤੇ ਚੱਲ ਸਕੇ।